ਸੋ ਜਿਹੜਾ ਸਭ ਤੋਂ ਫਸਟ ਟੋਪਿਕ ਹੈਗਾ ਆ ਵੀ ਇਹ ਹੈ ਤੁਹਾਡਾ ਏਅਰ ਕੰਡੀਸ਼ਨਿੰਗ ਸਿਸਟਮ ਆਫ ਐਨ ਵਹੀਕਲ। ਠੀਕ ਹੈ, ਕਿਹੜੇ ਕਿਹੜੇ ਕੰਪੋਨੈਂਟਸ ਲੱਗੇ ਹੁੰਦੇ ਆ ਉਹ ਤੁਸੀਂ ਦੇਖੋ। ਹੁਣ ਸਭ ਤੋਂ ਪਹਿਲਾਂ ਜਿਹੜਾ ਮੇਨ ਕੰਪੋਨੈਂਟ ਹੈਗਾ ਆ ਦੈਟ ਇਜ਼ ਅ ਕੰਪਰੈਸਰ। ਠੀਕ ਹੈ, ਕੰਪਰੈਸਰ ਕਾਹਦੇ ਨਾਲ ਚੱਲਦਾ ਆ? ਕੰਪਰੈਸਰ ਚੱਲਦਾ ਆ ਤੁਹਾਡਾ ਵਹੀਕਲ ਦੀ ਡਰਾਈਵ ਦੇ ਨਾਲ, ਯਾਨੀ ਕਿ ਜਿਹੜਾ ਤੁਹਾਡਾ ਇੰਜਨ ਆ ਉਹਦੇ ਨਾਲ ਇਹ ਚੱਲਦਾ ਆ ਕੰਪਰੈਸਰ। ਠੀਕ ਹੈ, ਸੈਕਿੰਡ ਕੰਪੋਨੈਂਟ ਹੈਗਾ ਆ ਵੀ ਕੰਡੈਂਸਰ, ਜਿਹੜਾ ਹੈਗਾ ਇੱਕ ਹੀਟ ਐਕਸਚੇਂਜਰ ਜਿਹਦੇ ਵਿੱਚ ਮੈਟਲ ਦੀਆਂ ਟਿਊਬਸ ਲੱਗੀਆਂ ਹੁੰਦੀਆਂ ਜਿਹੜੀਆਂ ਹੀਟ ਨੂੰ ਰਿਮੂਵ ਕਰਦੀਆਂ। ਠੀਕ ਹੈ ਜੀ, ਸੋ ਦੋ ਕੰਪੋਨੈਂਟਸ ਹੋ ਗਏ। ਫਸਟ ਇਜ਼ ਕੰਪਰੈਸਰ ਜਿਹੜਾ ਕਿ ਪਾਵਰ ਲੈਂਦਾ ਆ ਇੰਜਨ ਤੋਂ, ਇੰਜਨ ਤੋਂ ਡਾਇਰੈਕਟ ਬੈਲਟ ਪਈ ਹੁੰਦੀ ਹੈ ਕੰਪਰੈਸਰ ਨੂੰ। ਠੀਕ ਹੈ, ਸੈਕਿੰਡ ਹੈਗਾ ਕੰਡੈਂਸਰ। ਥਰਡ ਕੰਪੋਨੈਂਟ ਹੈਗਾ ਆ ਤੁਹਾਡਾ ਰਿਸੀਵਰ ਐਂਡ ਡਰਾਇਰ। ਠੀਕ ਹੈ, ਇਹਦਾ ਕੀ ਕੰਮ ਹੈ? ਇਹਦੇ ਵਿੱਚ ਇੱਕ ਫਿਲਟਰ ਲੱਗਾ ਹੁੰਦਾ ਆ, ਪਲੱਸ ਜਿਹੜੀ ਗੈਸ ਆ ਉਹਨੂੰ ਇਹ ਲਿਕੁਇਡ 'ਚ ਕਨਵਰਟ ਕਰਦਾ। ਠੀਕ ਹੈ, ਕਿਸ ਤਰ੍ਹਾਂ ਕਰਦਾ ਉਹ ਤੁਹਾਨੂੰ ਮੈਂ ਵਰਕਿੰਗ ਦੇ ਵਿੱਚ ਸਮਝਾਊਂਗਾ। ਨੈਕਸਟ ਕੰਪੋਨੈਂਟ ਹੈਗਾ ਫੋਰਥ ਕੰਪੋਨੈਂਟ, ਐਕਸਪੈਂਸ਼ਨ ਵਾਲਵ। ਠੀਕ ਹੈ, ਜਿਹੜਾ ਕੀ ਕਰਦਾ ਆ ਗੈਸ ਨੂੰ ਲਿਕੁਇਡ ਦੇ ਵਿੱਚ ਕਨਵਰਟ ਕਰਦਾ ਆ ਜਦੋਂ ਆਪਾਂ ਏਸੀ ਨੂੰ ਚਲਾਉਂਦੇ ਹਾਂ। ਕਿਸ ਤਰ੍ਹਾਂ ਕਰਦਾ ਆ ਉਹ ਵੀ ਤੁਹਾਨੂੰ ਵਰਕਿੰਗ 'ਚ ਸਮਝਾਉਂਦਾ ਹਾਂ। ਸੋ ਚਾਰ ਕੰਪੋਨੈਂਟ ਹੋ ਗਏ, ਅਤੇ ਲਾਸਟ ਕੰਪੋਨੈਂਟ ਜਿਹੜਾ ਹੈਗਾ ਆ ਦੈਟ ਇਜ਼ ਯੂਅਰ ਇਵੈਪੋਰੇਟਰ। ਇਵੈਪੋਰੇਟਰ ਕਿਹੜਾ ਹੁੰਦਾ ਆ? ਜਿਹੜਾ ਸਾਨੂੰ ਐਕਚੁਅਲ ਦੇ ਵਿੱਚ ਕੂਲਿੰਗ ਪ੍ਰੋਵਾਈਡ ਕਰਦਾ ਆ। ਠੀਕ ਆ, ਜਿਹੜਾ ਡੈਸ਼ਬੋਰਡ ਦੇ ਉੱਪਰ ਡਕਟ ਬਣੇ ਹੁੰਦੇ ਜਿੱਥੋਂ ਠੰਡੀ ਹਵਾ ਬਾਹਰ ਆਉਂਦੀ ਆ, ਉੱਥੇ ਮੇਨ ਜਿਹੜਾ ਲਾਸਟ ਕੰਪੋਨੈਂਟ ਹੈਗਾ ਦੈਟ ਇਜ਼ ਇਵੈਪੋਰੇਟਰ, ਜਿੱਥੋਂ ਸਾਨੂੰ ਕੂਲਡ ਏਅਰ ਬਾਹਰ ਆਉਂਦੀ ਆ ਗੱਡੀ ਦੇ ਵਿੱਚ। ਠੀਕ ਹੈ ਜੀ, ਸੋ ਇਹ ਪੰਜ ਮੇਨ ਕੰਪੋਨੈਂਟਸ ਆ, ਕੰਪਰੈਸਰ, ਕੰਡੈਂਸਰ, ਇਵੈਪੋਰੇਟਰ, ਐਕਸਪੈਂਸ਼ਨ ਵਾਲ ਅਤੇ ਡਰਾਇਰ। ਠੀਕ ਹੈ ਜੀ, ਹੁਣ ਕਿਸ ਤਰ੍ਹਾਂ ਕੰਮ ਕਰਦੇ ਆ ਇਹ ਧਿਆਨ ਦਿਵੋ। ਹੁਣ ਉਸ ਤੋਂ ਪਹਿਲਾਂ ਕਿਹੜਾ ਰੈਫਰੀਜੈਂਟ ਆਪਾਂ ਯੂਜ਼ ਕਰਦੇ ਹਾਂ? ਠੀਕ ਹੈ, ਘਰਾਂ ਦੇ ਵਿੱਚ ਜਿਹੜੇ ਆਪਣੇ ਏਸੀ ਚੱਲਦੇ ਆ ਉਹਨਾਂ ਦੇ ਵਿੱਚ ਪਹਿਲਾਂ ਆਉਂਦਾ ਹੀ R22 ਗੈਸ, ਰੈਫਰੀਜੈਂਟ ਜਿਹੜੀ ਗੈਸ ਹੁੰਦੀ ਆ, ਰੈਫਰੀਜੈਂਟ ਗੈਸ ਪਹਿਲਾਂ ਆਉਂਦੀ ਸੀ R22। ਅੱਜ ਕੱਲ੍ਹ ਆਉਣ ਲੱਗ ਪਈ ਈਕੋ ਫਰੈਂਡਲੀ ਗੈਸ ਜਿਹੜੀ ਆਉਣ ਲੱਗ ਪਈ, R22 ਬੈਨ ਹੋ ਗਈ। ਸੋ ਹੁਣ ਆਉਂਦੀ ਆ R32 ਐਂਡ R410A। ਠੀਕ ਹੈ, ਇਹ ਤਾਂ ਗੱਲ ਹੋ ਗਈ ਜਿਹੜੀ ਘਰਾਂ ਦੇ ਵਿੱਚ ਏਸੀ ਲੱਗਦੇ ਆ ਉਹਨਾਂ ਦੇ ਵਿੱਚ ਜਿਹੜੀ ਗੈਸ ਆਉਂਦੀ ਆ। ਹੁਣ ਜਿਹੜੀ ਵਹੀਕਲਸ ਦੇ ਵਿੱਚ ਗੈਸ ਆਉਂਦੀ ਆ ਉਹ ਮੋਸਟਲੀ ਆਉਂਦੀ ਆ R12। ਠੀਕ ਹੈ, ਜਿਹਨੂੰ ਫਰੇਓਨ ਵੀ ਕਹਿੰਦੇ ਆ। ਠੀਕ ਹੈ, ਇਹ ਬਿਲਕੁਲ ਬੰਦ ਕਰਤੀ ਗਈ ਹੈ ਜਿਹੜੀ R12 ਸੀ, ਕਿਉਂਕਿ ਇਹਦੇ ਵਿੱਚ ਕਲੋਰੋ ਫਲੋਰੋ ਕਾਰਬਨ ਹੁੰਦਾ ਸੀਗਾ, CFC ਹੁੰਦਾ ਸੀ। ਇਸ ਤਰ੍ਹਾਂ ਜਿਹੜੇ ਘਰਾਂ ਦੇ ਵਿੱਚ ਏਸੀ ਹੁੰਦੇ ਸੀ R22 ਗੈਸ ਯੂਜ਼ ਹੁੰਦੀ ਸੀ, ਉਹਨਾਂ ਦੇ ਵਿੱਚ ਵੀ CFC ਯੂਜ਼ ਹੁੰਦਾ ਸੀਗਾ, ਇਸ ਕਰਕੇ ਦੋਨਾਂ ਨੂੰ ਗੈਸਾਂ ਨੂੰ ਬੈਨ ਕਰਤਾ ਗਿਆ। ਇਸ ਕਰਕੇ ਅੱਜ ਕੱਲ੍ਹ ਵਹੀਕਲਸ ਦੇ ਵਿੱਚ ਜਿਹੜੀ ਗੈਸ ਯੂਜ਼ ਹੁੰਦੀ ਆ 134A, ਜਿਹੜੀ ਬਿਲਕੁਲ ਕਲੋਰੋ ਫਲੋਰੋ ਕਾਰਬਨ ਫਰੀ ਹੈਗੀ ਆ, R134A ਗੈਸ ਯੂਜ਼ ਹੁੰਦੀ ਆ ਹਰ ਇੱਕ ਕਾਰ ਦੇ ਵਿੱਚ। ਠੀਕ ਹੈ ਜੀ, ਹੁਣ ਆ ਗਈ ਕੰਸਟਰਕਸ਼ਨ ਕਿ ਕਿਸ ਤਰ੍ਹਾਂ ਸਾਰੇ ਮਟੀਰੀਅਲਸ ਇੱਕ ਦੂਜੇ ਦੇ ਨਾਲ ਅਟੈਚ ਹੁੰਦੇ ਆ। ਕੰਪਰੈਸਰ ਅਟੈਚ ਹੈਗਾ ਕੰਡੈਂਸਰ ਨਾਲ, ਕੰਡੈਂਸਰ ਅਟੈਚ ਹੈਗਾ ਡਰਾਇਰ ਨਾਲ, ਡਰਾਇਰ ਤੋਂ ਬਾਅਦ ਐਕਸਪੈਂਸ਼ਨ ਵਾਲ, ਐਕਸਪੈਂਸ਼ਨ ਵਾਲ ਤੋਂ ਬਾਅਦ ਇਵੈਪੋਰੇਟਰ। ਠੀਕ ਹੈ ਜੀ, ਹੁਣ ਆ ਗਈ ਵਰਕਿੰਗ। ਹੁਣ ਵਰਕਿੰਗ ਕਿਸ ਤਰ੍ਹਾਂ ਹੁੰਦੀ ਆ ਕਿ ਸਭ ਤੋਂ ਪਹਿਲਾਂ ਜਿਹੜਾ ਕੰਪਰੈਸਰ ਹੈਗਾ ਆ ਉਹ ਸਟਾਰਟ ਹੁੰਦਾ ਆ ਜਦੋਂ ਇੰਜਨ ਸਟਾਰਟ ਹੋ ਗਿਆ, ਕੰਪਰੈਸਰ ਔਨ ਹੋ ਜਾਂਦਾ, ਬੈਲਟ ਸਟਾਰਟ ਕਰ ਦਿੰਦੀ ਆ ਕੰਪਰੈਸਰ। ਠੀਕ ਹੈ, ਕੰਪਰੈਸਰ ਕੀ ਕਰਦਾ ਆ? ਕੰਪਰੈਸਰ ਜਿਹੜੀ ਰੈਫਰੀਜੈਂਟ ਗੈਸ ਹੈਗੀ, ਜਿਹੜੀ ਵਿੱਚ ਗੈਸ ਫਿਲ ਕੀਤੀ ਹੋਈ ਏਸੀ ਦੀ, ਠੀਕ ਹੈ, ਉਹਨੂੰ ਹਾਈ ਪ੍ਰੈਸ਼ਰ ਦੇ ਉੱਪਰ, ਠੀਕ ਹੈ, ਉਹਨੂੰ ਹਾਈ ਪ੍ਰੈਸ਼ਰ ਅਤੇ ਟੈਂਪਰੇਚਰ ਦੇ ਨਾਲ ਕਿੱਥੇ ਲੈ ਕੇ ਜਾਂਦਾ ਹੈ? ਕੰਡੈਂਸਰ ਦੇ ਵਿੱਚ। ਠੀਕ ਹੈ, ਉਹਨੂੰ ਹਾਈ ਪ੍ਰੈਸ਼ਰ ਐਂਡ ਹਾਈ ਟੈਂਪਰੇਚਰ ਗੈਸ ਕੰਪਰੈਸਰ ਤੋਂ ਕਿੱਥੇ ਜਾਂਦੀ ਹੈ? ਕੰਡੈਂਸਰ ਦੇ ਵਿੱਚ। ਹੁਣ ਇਹ ਗੈਸ ਗਰਮ ਕਿੱਥੋਂ ਹੋਈ? ਠੀਕ ਹੈ, ਪ੍ਰੈਸ਼ਰ ਤਾਂ ਕੰਪਰੈਸਰ ਨੇ ਵਧਾ ਤਾ, ਕੰਪਰੈਸਰ ਦੇ ਨਾਲ ਆਪਾਂ ਪ੍ਰੈਸ਼ਰ ਹੀ ਵਧਾਉਂਦੇ ਹਾਂ ਕਿਸੇ ਚੀਜ਼ ਦਾ। ਹੁਣ ਇਹ ਗਰਮ ਕਿੱਥੋਂ ਹੋਈ? ਇਹ ਗਰਮ ਹੋਈ ਇਵੈਪੋਰੇਟਰ ਤੋਂ। ਇਵੈਪੋਰੇਟਰ ਦੇ ਰਾਹੀਂ ਜਿਹੜੀ ਕਾਰ ਦੀ ਹੀਟ ਹੈਗੀ ਆ, ਠੀਕ ਹੈ, ਉਹ ਕੰਪਰੈਸਰ ਨੇ ਖਿੱਚ ਲਈ ਅੰਦਰ, ਸਕਸ਼ਨ ਕਰ ਲਈ। ਠੀਕ ਹੈ, ਜਿਹੜੀ ਹੀਟ ਇਵੈਪੋਰੇਟਰ ਦੀ ਕੋਇਲਸ ਦੇ ਵਿੱਚ ਜਿਹੜੀ ਗੈਸ ਸੀ ਠੰਡੀ ਸੀਗੀ, ਉਹਨੇ ਕੀ ਕਰ ਲਿਆ? ਹੀਟ ਨੂੰ ਅਬਜ਼ੋਰਬ ਕਰ ਲਿਆ। ਕਿਹੜੀ ਹੀਟ ਨੂੰ? ਜਿਹੜੀ ਗੱਡੀ ਦੇ ਅੰਦਰ ਹੀਟ ਆ ਉਹਨੂੰ ਅਬਜ਼ੋਰਬ ਕਰਕੇ ਉਹਨੂੰ ਹਾਈ ਪ੍ਰੈਸ਼ਰ ਅਤੇ ਹਾਈ ਟੈਂਪਰੇਚਰ 'ਤੇ ਗੈਸ ਦੀ ਫੋਰਮ ਦੇ ਵਿੱਚ ਕਿੱਥੇ ਭੇਜਤਾ? ਕੰਡੈਂਸਰ ਦੇ ਵਿੱਚ।
ਕੰਡੈਂਸਰ ਕਿਹੜਾ ਪਾਰਟ ਆ ਹੁਣ ਜਿਹੜਾ ਸਾਡੇ ਘਰਾਂ ਦੇ ਵਿੱਚ ਸਪਲਿਟ ਏਸੀ ਦੇ ਵਿੱਚ ਕੋਠੇ ਤੇ ਲੱਗਾ ਹੁੰਦਾ, ਆਊਟਡੋਰ ਯੂਨਿਟ ਕਹਿੰਦੇ ਜਿਹਨੂੰ, ਜਿਹਦੇ ਵਿੱਚ ਕੋਇਲਸ ਹੁੰਦੀਆਂ ਤੇ ਇੱਕ ਫੈਨ ਲੱਗਾ ਹੁੰਦਾ, ਉਹ ਹੁੰਦਾ ਤੁਹਾਡਾ ਕੰਡੈਂਸਰ ਪਾਰਟ। ਠੀਕ ਹੈ, ਕੰਡੈਂਸਰ ਪਾਰਟ ਦੇ ਵਿੱਚ ਕੀ ਆ, ਪਿੱਛੇ ਬਲੋਅਰ ਲੱਗਾ ਹੁੰਦਾ ਆ ਤੇ ਜਿਹੜੀ ਹੀਟ ਆ, ਹਾਈ ਪ੍ਰੈਸ਼ਰ ਤੇ ਹੀਟ ਤੇ ਟੈਂਪਰੇਚਰ ਆ, ਉਹ ਹੀਟ ਇਨਵਾਇਰਮੈਂਟ ਦੇ ਵਿੱਚ ਚਲ ਜਾਂਦੀ ਆ। ਠੀਕ ਹੈ, ਇਨਵਾਇਰਮੈਂਟ ਦੇ ਵਿੱਚ ਹੀਟ ਨੂੰ ਰਿਮੂਵ ਕਰ ਦਿੰਦਾ ਆ ਉਹ ਕੰਡੈਂਸਰ, ਅਤੇ ਜਦੋਂ ਰਿਮੂਵ ਕਰ ਦਿੰਦਾ ਆ ਤੇ ਉਹਦਾ ਟੈਂਪਰੇਚਰ ਥੋੜ੍ਹਾ ਘੱਟ ਜਾਂਦਾ ਆ। ਠੀਕ ਹੈ, ਟੈਂਪਰੇਚਰ ਘਟਣ ਤੋਂ ਬਾਅਦ ਉਹ ਜਾਂਦੀ ਹੈ ਰਿਸੀਵਰ ਡਰਾਇਰ ਦੇ ਵਿੱਚ। ਠੀਕ ਹੈ, ਇੱਥੇ ਤੱਕ ਉਹ ਰਹਿੰਦੀ ਹੈ ਲੀਕੁਇਡ ਫਾਰਮ ਦੇ ਵਿੱਚ। ਯਾਨੀ ਕਿ ਕੰਡੈਂਸਰ ਦਾ ਕੰਮ ਕੀ ਆ, ਇੱਕ ਤਾਂ ਜਿਹੜੀ ਹੀਟ ਆ ਉਹਨੂੰ ਰਿਮੂਵ ਕਰਨਾ ਇਨਵਾਇਰਮੈਂਟ ਦੇ ਵਿੱਚ, ਦੂਸਰਾ ਜਿਹੜਾ ਰੈਫਰੀਜੈਂਟ ਗੈਸ ਦੀ ਫਾਰਮ ਦੇ ਵਿੱਚ ਹੈਗਾ ਆ ਉਹਨੂੰ ਲੀਕੁਇਡ ਦੀ ਫਾਰਮ ਦੇ ਵਿੱਚ ਕਨਵਰਟ ਕਰਨਾ। ਜਦੋਂ ਹੁਣ ਟੈਂਪਰੇਚਰ ਗੈਸ ਦਾ ਘੱਟ ਗਿਆ, ਉਹਨੇ ਆਪਣੇ ਆਪ ਵੇਪਰ ਦੀ ਫਾਰਮ 'ਚ ਯਾਨੀ ਕਿ ਲੀਕੁਇਡ ਦੀ ਫਾਰਮ 'ਚ ਕਨਵਰਟ ਹੋ ਜਾਣਾ। ਠੀਕ ਹੈ, ਉਸ ਤੋਂ ਬਾਅਦ ਜਿਹੜਾ ਹਾਈ ਪ੍ਰੈਸ਼ਰ ਲੀਕੁਇਡ ਆ ਉਹ ਆਉਂਦਾ ਹੈ ਐਕਸਪੈਂਸ਼ਨ ਵਾਲਵ 'ਚ, ਅਤੇ ਪ੍ਰੈਸ਼ਰ ਦੇ ਕਾਰਨ ਐਕਸਪੈਂਸ਼ਨ ਵਾਲਵ ਓਪਨ ਹੋ ਜਾਂਦਾ ਆ। ਠੀਕ ਹੈ, ਅਤੇ ਉਹ ਤੋਂ ਬਾਅਦ ਜਿਹੜਾ ਤੁਹਾਡਾ ਇਹ ਲੋਅ ਪ੍ਰੈਸ਼ਰ ਅਤੇ ਲੋਅ ਟੈਂਪਰੇਚਰ ਗੈਸ ਹੈਗੀ ਆ ਇਹ ਜਾਂਦੀ ਇਵੈਪੋਰੇਟਰ 'ਚ, ਯਾਨੀ ਕਿ ਉਹਦਾ ਟੈਂਪਰੇਚਰ ਘੱਟ ਗਿਆ ਹੁੰਦਾ ਆ ਅਤੇ ਉਹਦਾ ਪ੍ਰੈਸ਼ਰ ਵੀ ਘੱਟ ਗਿਆ ਹੁੰਦਾ, ਇਹ ਜਾਂਦੀ ਤੁਹਾਡੀ ਇਵੈਪੋਰੇਟਰ ਦੇ ਵਿੱਚ। ਹੁਣ ਇਵੈਪੋਰੇਟਰ ਦੇ ਪਿੱਛੇ ਕੀ ਲੱਗੇ ਹੁੰਦੇ ਆ, ਬਲੋਅਰਸ। ਠੀਕ ਹੈ, ਜਿਹੜਾ ਤੁਹਾਡੇ ਡੈਸ਼ਬੋਰਡ ਦੇ ਥੱਲੇ ਬਲੋਅਰ ਲੱਗਾ ਹੁੰਦਾ ਆ ਉਹ ਕੰਮ ਕਰਨਾ ਸਟਾਰਟ ਕਰਦਾ ਆ, ਅਤੇ ਉਹਦੇ ਨਾਲ ਫਿਰ ਤੁਹਾਡੇ ਏਸੀ ਦੇ ਡਕਟ ਦੇ ਵਿੱਚੋਂ ਠੰਡੀ ਹਵਾ ਜਿਹੜੀ ਆ ਉਹ ਬਾਹਰ ਆਉਂਦੀ ਆ। ਠੀਕ ਹੈ ਜੀ, ਯਾਨੀ ਕਿ ਇਵੈਪੋਰੇਟਰ ਨੇ ਹੀਟ ਪਹਿਲਾਂ ਅਬਜ਼ੋਰਬ ਵੀ ਕਰਨੀ ਆ, ਕਿਉਂਕਿ ਇਹਦੇ ਵਿੱਚ ਪਾਈਪਸ ਆ, ਇਵੈਪੋਰੇਟਰ ਦੇ ਵਿੱਚ ਪਾਈਪਸ ਲੱਗੀਆਂ, ਉਹ ਹੀਟ ਨੂੰ ਅਬਜ਼ੋਰਬ ਕਰ ਲੈਂਦੀਆਂ। ਠੀਕ ਆ, ਉਸ ਤੋਂ ਬਾਅਦ ਕੰਪਰੈਸਰ ਨੇ ਉਹ ਹੀਟ ਨੂੰ ਪਹੁੰਚਾਉਣਾ ਹੈ ਕੰਡੈਂਸਰ ਤੱਕ। ਠੀਕ ਹੈ, ਕਿਸ ਤਰ੍ਹਾਂ ਪਹੁੰਚਾਉਣਾ ਹੈ, ਉਹਦਾ ਪ੍ਰੈਸ਼ਰ ਇਨਕਰੀਜ਼ ਕਰਕੇ। ਕੰਡੈਂਸਰ ਨੇ ਕੀ ਕਰਨਾ, ਉਹਦੇ ਪਿੱਛੇ ਫੈਨ ਲੱਗਾ ਹੋਇਆ, ਜਦੋਂ ਪਾਈਪਾਂ ਦੇ ਵਿੱਚੋਂ ਹਾਈ ਪ੍ਰੈਸ਼ਰ ਵਾਲੀ ਗੈਸ ਹਾਈ ਟੈਂਪਰੇਚਰ 'ਤੇ ਪਾਸ ਕਰੂਗੀ ਬਾਰ ਬਾਰ ਪਾਈਪਾਂ 'ਚੋਂ, ਠੀਕ ਹੈ, ਤਾਂ ਉਹ ਠੰਡੀ ਹੋ ਜਾਣੀ ਹੈ। ਕਿਉਂ? ਕਿਉਂਕਿ ਇਨਵਾਇਰਮੈਂਟ ਟੈਂਪਰੇਚਰ ਘੱਟ ਆ, ਗੈਸ ਦਾ ਟੈਂਪਰੇਚਰ ਜ਼ਿਆਦਾ ਹੈ, ਪਿੱਛੇ ਬਲੋਅਰ ਲੱਗਾ ਹੋਇਆ। ਜਦੋਂ ਉਹ ਥੋੜ੍ਹੀ ਠੰਡੀ ਹੋ ਗਈ, ਉਹਨੇ ਲੀਕੁਇਡ ਫਾਰਮ 'ਚ ਕਨਵਰਟ ਹੋ ਜਾਣਾ, ਅਤੇ ਲੀਕੁਇਡ ਫਾਰਮ ਨੇ ਦੁਬਾਰਾ ਫਿਰ ਐਕਸਪੈਂਸ਼ਨ ਵਾਲਵ ਦੇ ਰਾਹੀਂ ਠੰਡੀ ਹੋ ਕੇ ਵਾਪਸ ਇਵੈਪੋਰੇਟਰ 'ਚ ਆਏਗਾ। ਹਾਂਜੀ, ਕਿਸੇ ਨੂੰ ਕੋਈ ਡਾਊਟ? ਹਾਂਜੀ ਬੇਟਾ, ਕਿਸੇ ਦਾ ਕੋਈ ਡਾਊਟ ਹੋਵੇ? ਨੋ ਸਰ, ਕਲੀਅਰ ਹੈ। ਹਾਂਜੀ, ਬਾਕੀ ਸਟੂਡੈਂਟਸ ਠੀਕ ਹੈ ਜੀ? ਕਲੀਅਰ ਹੈ ਸਰ। ਨੈਕਸਟ ਹੈਗਾ ਬੇਟਾ ਹੁਣ ਕਾਰ ਵਾਈਪਰ ਸਿਸਟਮ। ਠੀਕ ਹੈ, ਵਾਈਪਰ ਕਾਰ ਦੇ ਕਿਸ ਤਰ੍ਹਾਂ ਕੰਮ ਕਰਦੇ ਆ। ਹੁਣ ਸਭ ਤੋਂ ਪਹਿਲਾਂ ਜਿਹੜਾ ਤੁਹਾਡਾ ਵਾਈਪਰ ਆ ਅਟੈਚ ਹੁੰਦਾ ਬੈਟਰੀ ਦੇ ਨਾਲ। ਠੀਕ ਹੈ, ਵਾਈਪਰ ਸਵਿੱਚ ਲੱਗਾ ਹੁੰਦਾ ਸਾਡੇ ਡੈਸ਼ਬੋਰਡ ਦੇ, ਉਹਦੇ ਵਿੱਚ ਤਿੰਨ ਜਾਂ ਚਾਰ ਤਰ੍ਹਾਂ ਦੇ ਕੰਟਰੋਲ ਹੁੰਦੇ ਆ, ਹਾਈ ਲੋ। ਠੀਕ ਹੈ, ਦੇਖਿਆ ਹੀ ਹੋਣਾ ਸਾਰਿਆਂ ਨੇ ਸਵਿੱਚ ਜਿਹੜਾ ਇੰਡੀਕੇਟਰ ਦੇ ਨਾਲ ਸਟੀਅਰਿੰਗ ਦੇ ਨਾਲ ਲੱਗਾ ਹੁੰਦਾ। 1, 2, 3 ਦਾ ਮਤਲਬ ਸਪੀਡ ਆ। ਠੀਕ ਹੈ, ਸੋ ਜਦੋਂ ਆਪਾਂ ਵਾਈਪਰ ਦੀ ਸਪੀਡ 'ਤੇ 1 'ਤੇ ਕਰਤਾ, ਸਵਿੱਚ ਨੂੰ 1 'ਤੇ ਕਰਤਾ, ਕੀ ਹੁੰਦਾ ਆ, ਬੈਟਰੀ ਦੇ ਪੋਜ਼ਿਟਿਵ ਸਾਈਡ ਤੋਂ ਵਾਈਪਰ ਸਵਿੱਚ ਦੇ ਹੁੰਦੇ ਰਾਹੀਂ ਕਰੰਟ ਜਾਂਦਾ ਆ ਵਾਈਪਰ ਮੋਟਰ ਨੂੰ। ਠੀਕ ਹੈ, ਕਰੰਟ ਵਾਈਪਰ ਮੋਟਰ ਨੂੰ ਜਾਊਗਾ ਸਵਿੱਚ ਦੇ ਅਕੋਰਡਿੰਗ, ਯਾਨੀ ਕਿ ਰੈਗੂਲੇਸ਼ਨ ਦੇ ਅਕੋਰਡਿੰਗ ਜਿੰਨੀ ਸਪੀਡ ਆਪਾਂ ਸਿਲੈਕਟ ਕੀਤੀ ਆ। ਠੀਕ ਹੈ, ਕਰੰਟ ਫਲੋ ਕਰਨ ਲੱਗ ਪਿਆ, ਆਹ ਇਹ ਪਹੁੰਚ ਗਿਆ ਤੁਹਾਡਾ ਵਾਈਪਰ ਮੋਟਰ ਤੱਕ। ਠੀਕ ਹੈ, ਸੋ ਵਾਈਪਰ ਮੋਟਰ ਤੱਕ ਪਹੁੰਚ ਗਿਆ ਅਤੇ ਵਾਈਪਰ ਤੁਹਾਡਾ ਓਪਰੇਟ ਕਰਨ ਲੱਗ ਪਿਆ। ਇਸ ਤਰ੍ਹਾਂ ਰੈਕ ਐਂਡ ਪੀਨੀਅਨ ਸਿਸਟਮ ਹੁੰਦਾ ਹੈ ਵਾਈਪਰ ਦੇ ਵਿੱਚ। ਠੀਕ ਹੈ, ਇਹ ਹੁਣ ਸਲੋ ਸਪੀਡ 'ਤੇ ਕਿਉਂ ਘੁੰਮਦਾ ਪਿਆ ਆ, ਕਿਉਂਕਿ ਜਿਹੜਾ ਇੱਕ ਨੰਬਰ 'ਤੇ ਸਵਿੱਚ ਜਦੋਂ ਆਪਾਂ ਕਰਦੇ ਹਾਂ ਉਹਦੀ ਰਜ਼ਿਸਟੈਂਸ ਜ਼ਿਆਦਾ ਆ, ਉਹ ਕਰੰਟ ਨੂੰ ਘੱਟ ਫਲੋ ਹੋਣ ਦਿੰਦਾ ਹੈ ਮੋਟਰ ਤੱਕ, ਇਸ ਕਰਕੇ ਮੋਟਰ ਦੀ ਸਪੀਡ ਸਲੋ ਰਹਿੰਦੀ ਆ। ਬਟ ਜਦੋਂ ਆਪਾਂ ਨੰਬਰ 2 'ਤੇ ਕਰ ਦਿੰਦੇ ਹਾਂ ਸਵਿੱਚ ਨੂੰ, ਤੁਸੀਂ ਦੇਖ ਰਹੇ ਇੱਥੇ ਨੰਬਰ 2 'ਤੇ ਕਰਤਾ ਅਤੇ ਤੇਜ਼ ਹੋ ਗਿਆ। ਹੁਣ ਜੇ ਨੰਬਰ 3 'ਤੇ ਕਰ ਦਿੰਦੇ ਹਾਂ ਤਾਂ ਵਾਈਪਰ ਮੋਟਰ ਬਿਲਕੁਲ ਤੇਜ਼ ਚੱਲਣ ਲੱਗ ਪੈਂਦੀ, ਕਿਉਂਕਿ ਰਜ਼ਿਸਟੈਂਸ ਬਿਲਕੁਲ ਘੱਟ ਹੁੰਦੀ। ਠੀਕ ਹੈ ਜੀ, ਹੁਣ ਅੱਜ ਕੱਲ੍ਹ ਇੱਕ ਆ ਰਹੇ ਆ ਰੇਨ ਸੈਂਸਿੰਗ ਵਾਈਪਰ। ਹਾਂਜੀ, ਇੱਕ ਆਉਂਦੇ ਅੱਜ ਕੱਲ੍ਹ ਰੇਨ ਸੈਂਸਿੰਗ ਡਿਵਾਈਸ, ਇੱਕ ਕੀ ਆ ਸੈਂਸਰ ਲੱਗਾ ਹੋਇਆ ਆ ਉਹਦੇ ਉੱਪਰ, ਜਦੋਂ ਵੀ ਬਿਲਕੁਲ ਮਾੜਾ ਜਿਹਾ ਪਾਣੀ ਪੈਂਦਾ ਆ ਉਹ ਕੀ ਕਰਦਾ ਆ, ਜਿਹੜਾ ਸਵਿੱਚ ਆ, ਜਿਹੜਾ ਵਾਈਪਰ ਸਵਿੱਚ ਆ ਉਹਨੂੰ ਆਟੋਮੈਟਿਕਲੀ ਔਨ ਕਰ ਦਿੰਦਾ ਆ। ਠੀਕ ਹੈ, ਅਤੇ ਡਾਇਰੈਕਟ ਵਾਈਪਰ ਮੋਟਰ ਨੂੰ
ਚਲਾ ਹੁੰਦਾ ਹੈ। ਇੱਕ ਸੈਂਸਰ ਲੱਗਾ ਹੁੰਦਾ, ਕਿੱਥੇ ਲੱਗਾ ਹੁੰਦਾ ਹੈ? ਇਹ ਲੱਗਾ ਹੁੰਦਾ ਤੁਹਾਡੇ ਮਿਰਰ ਦੇ ਉੱਪਰ, ਜਿਹੜਾ ਤੁਹਾਡਾ ਮੋਰਲਾ ਸਾਰਾ ਮਿਰਰ ਹੈਗਾ ਜਿੱਥੇ ਵਾਈਪਰ ਲੱਗੇ ਹੋਆ, ਉੱਥੇ ਤੁਹਾਡਾ ਰੇਨ ਸੈਂਸਰ ਲੱਗਾ ਹੁੰਦਾ ਜਿਹੜਾ ਆਟੋਮੈਟਿਕਲੀ ਫਿਰ ਵਾਈਪਰ ਮੋਟਰ ਨੂੰ ਸਟਾਰਟ ਕਰ ਦਿੰਦਾ ਹੈ। ਠੀਕ ਹੈ ਜੀ। ਇੱਕ ਹੁਣ ਆਹ ਨੀਚੇ ਤੁਹਾਨੂੰ ਸ਼ੋ ਹੋ ਰਿਹਾ ਹੋਣਾ ਲਿਮਿਟ ਸਵਿੱਚ। ਲਿਮਿਟ ਸਵਿੱਚ ਦਾ ਕੰਮ ਕੀ ਆ ਕਿ ਜਦੋਂ ਵੀ ਆਪਾਂ ਵਾਈਪਰ ਨੂੰ ਬੰਦ ਕਰੀਏ, ਠੀਕ ਹੈ, ਜਦੋਂ ਵੀ ਵਾਈਪਰ ਨੂੰ ਦੇ ਸਵਿੱਚ ਨੂੰ ਬੰਦ ਕਰੀਏ ਤਾਂ ਵਾਈਪਰ ਆਪਣੀ ਓਰਿਜਿਨਲ ਪੋਜੀਸ਼ਨ 'ਤੇ ਆ ਕੇ ਵਾਪਸ ਆਏ। ਇਹ ਨਾ ਕਿ ਸੈਂਟਰ 'ਚ ਹੀ ਰੁਕ ਜਾਵੇ। ਪੁਰਾਣੀ ਕਾਰਾਂ 'ਚ ਨਹੀਂ ਹੁੰਦਾ ਸੀ ਇਹ ਸਿਸਟਮ, ਬਟ ਅੱਜ ਕੱਲ੍ਹ ਜੇ ਤੁਸੀਂ ਵਾਈਪਰ ਨੂੰ ਜਿਸ ਮਰਜ਼ੀ ਕੰਡੀਸ਼ਨ 'ਤੇ ਬੰਦ ਕਰ ਦਿਓ ਸਵਿੱਚ ਨੂੰ, ਉਹ ਆਪਣੀ ਓਰਿਜਿਨਲ ਕੰਡੀਸ਼ਨ 'ਤੇ ਜਾ ਕੇ ਹੀ ਬੰਦ ਹੋਏਗਾ, ਯਾਨੀ ਕਿ ਬਿਲਕੁਲ ਨੀਚੇ ਜਾ ਕੇ ਰੁਕ ਜਾਏਗਾ। ਕਿਉਂ? ਕਿਉਂਕਿ ਇੱਕ ਲਿਮਿਟ ਸਵਿੱਚ ਲੱਗਾ ਹੁੰਦਾ ਹੈ ਜਿਹੜਾ ਕਿ ਸਵਿੱਚ ਬੰਦ ਹੋਣ ਤੋਂ ਬਾਅਦ ਉਹਨੂੰ ਆਪਣੀ ਓਰਿਜਿਨਲ ਕੰਡੀਸ਼ਨ ਤੱਕ ਆਉਣ ਦੇ ਲਈ ਇਲੈਕਟ੍ਰਿਸਿਟੀ ਪ੍ਰੋਵਾਈਡ ਕਰਦਾ ਹੈ। ਠੀਕ ਹੈ ਜੀ। ਕਿਸੇ ਦਾ ਕੋਈ ਡਾਊਟ ਇੱਥੇ ਤੱਕ? ਕਲੀਅਰ ਸਰ। ਨੋ ਸਰ। ਠੀਕ ਹੈ ਜੀ। ਇੱਕ ਹੁਣ ਤੁਸੀਂ ਡੀਫੋਗਰ ਦੇਖ ਲਓ। ਡੀਫੋਗਰ ਤੁਹਾਡਾ ਰਹਿ ਗਿਆ ਸੀਗਾ, ਜੇ ਕਿਸੇ ਨੂੰ ਨਹੀਂ ਸਮਝ ਆਇਆ ਡੀਫੋਗਰ ਕੀ ਹੁੰਦਾ। ਆਹ ਤੁਹਾਡਾ ਡੀਫੋਗਰ ਆ, ਕਾਰ ਦੀ ਬੈਕ ਸਾਈਡ 'ਤੇ ਲੱਗਾ ਹੁੰਦਾ। ਠੀਕ ਹੈ। ਇਹ ਹੈਗੇ ਅੱਜ ਕੱਲ੍ਹ ਡੀਫੋਰੈਸਟਰ ਹੁੰਦੇ ਆ। ਠੀਕ ਹੈ। ਪਹਿਲਾਂ ਇੱਥੇ ਫੈਨ ਲੱਗਾ ਹੁੰਦਾ ਸੀ ਬੈਕ ਸਾਈਡ 'ਤੇ, ਇਹ ਅੱਜ ਕੱਲ੍ਹ ਵਾਇਰਸ ਆ ਗਈਆਂ, ਇਹਨਾਂ ਦੇ ਵਿੱਚੋਂ ਹੀਟ ਨਿਕਲਦੀ ਹੈ। ਹੀਟ ਕੀ ਕਰਦੀ ਹੈ? ਮਿਰਰ ਨੂੰ ਬਿਲਕੁਲ ਸਾਫ਼ ਕਰ ਦਿੰਦੀ ਆ। ਕਲੀਅਰ ਜੀ? ਹਾਂਜੀ ਸਰ। ਠੀਕ ਹੈ ਬੇਟਾ। ਹੋਰ ਕਿਸੇ ਦਾ ਕੋਈ ਡਾਊਟ ਹੋਵੇ? ਨੋ ਸਰ। ਸਰ ਐਮਐਸਟੀ ਦੇ ਨੰਬਰ ਕਦ ਪਤਾ ਲੱਗੂਗੇ? ਐਮਐਸਟੀ ਦੇ ਨੰਬਰ ਹੋ ਗਏ ਹੋਏ ਤੁਹਾਡੇ ਚੈੱਕ, ਮੈਂ ਦੱਸ ਦੂੰਗਾ ਤੁਹਾਨੂੰ ਨੈਕਸਟ ਲੈਕਚਰ ਦੇ ਵਿੱਚ ਦੱਸ ਦਾਂਗਾ। ਅਤੇ ਥਰਡ ਐਮਐਸਟੀ ਬੇਟਾ ਤੁਹਾਡਾ 21 ਦਸੰਬਰ ਤੋਂ ਆ। ਠੀਕ ਹੈ। ਅਤੇ ਜਿੰਨਾ ਆਪਾਂ ਕੀਤਾ ਆ ਸਾਰਾ ਉਹਦੇ ਵਿੱਚ ਆਊਗਾ। ਤੁਹਾਡਾ ਹੁਣ ਥੋੜ੍ਹੇ ਜਿਹੇ ਟੋਪਿਕਸ ਹੀ ਰਹਿ ਗਏ ਆ, 2-3 ਲੈਕਚਰਸ ਦੇ ਵਿੱਚ ਕਰਾ ਦੇਣੇ ਆਪਾਂ। ਅਤੇ ਇਸ ਵੀਕ ਤੱਕ ਜਿੰਨਾ ਸਿਲੇਬਸ ਹੋ ਗਿਆ ਸਾਰਾ ਆਏਗਾ ਐਮਐਸਟੀ ਦੇ ਵਿੱਚ, ਅਤੇ ਗੂਗਲ ਫੋਰਮ 'ਤੇ ਹੋਏਗਾ ਤੁਹਾਡਾ ਐਮਐਸਟੀ। ਠੀਕ ਹੈ। ਓਕੇ ਸਰ। ਠੀਕ ਹੈ ਬੇਟਾ, ਕਰ ਦਿਓ ਲੀਵ ਫਿਰ।